ਤੇ ਉਹਨਾਂ ਨੇ ਇਹ ਇਨਫੋਰਮੇਸ਼ਨ ਮਿਲੀ ਮੈਨੂੰ ਕਿ ਜਿਹੜਾ ਇਹ ਤੁਹਾਡੇ ਬਟਾਲਾ ਰੋਡ ਦੇ ਉੱਤੇ ਇੱਕ ਹੋਟਲ ਹੈ ਰੰਧਾਵਾ ਹੋਟਲ ਜੀ, ਉਹਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਮਤਲਬ ਨਜਾਇਜ਼ ਦੇ ਵਪਾਰ ਦਾ ਧੰਦਾ ਚੱਲ ਰਿਹਾ। ਉਹਨੇ ਮਤਲਬ ਬੜਾ ਕੌਨਫੀਡੈਂਟ ਹੋ ਕੇ ਮਤਲਬ ਇਹ ਚੀਜ਼ ਕਹੀ ਵੀ ਸ਼ੋਰ ਹੈਗਾ ਜੇ ਹੁਣ ਇਹ ਰੇਡ ਕੀਤਾ ਜਾਵੇ ਤੇ ਮਤਲਬ ਮਿਲ ਸਕਦਾ ਆਪਾਂ। ਤੇ ਰੇਡ ਦੇ ਦੌਰਾਨ ਦੇਖਿਆ ਵੀ ਜਿਹੜਾ ਹੋਟਲ ਦੇ ਸੱਜੇ ਹੱਥ ਸੈਕਿੰਡ ਫਲੋਰ ਦੇ ਉੱਤੇ ਸਪਾ ਸੈਂਟਰ ਚੱਲ ਰਿਹਾ ਸੀਗਾ ਤੇ ਬਕਾਇਦਾ ਉਹਦੀ ਰਿਸੈਪਸ਼ਨ ਉਹਨਾਂ ਅਲੱਗ ਬਣੀ ਸੀ, ਪੋਰਸ਼ਨ ਵੀ ਵੱਖਰਾ ਬਣਾਇਆ ਸੀਗਾ ਤੇ ਇਤਰਾਜ਼ਯੋਗ ਹਾਲਤ 'ਚ ਆਪਾਂ ਨੂੰ ਉੱਥੇ ਮਤਲਬ ਜੋੜੇ ਮਿਲੇ। ਨਵੇਂ ਸਾਲ ਦੇ ਜਸ਼ਨ ਮੌਕੇ ਪੁਲਿਸ ਵੱਲੋਂ ਸਾਰੇ ਸੂਬੇ ਵਿੱਚ ਨਾਕਾਬੰਦੀ ਕੀਤੀ ਗਈ ਸੀ ਅਤੇ ਹੁੱਲੜਬਾਜ਼ਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਸੀ। ਪੁਲਿਸ ਵੱਲੋਂ ਕੀਤੀ ਗਈ ਇਸ ਨਾਕਾਬੰਦੀ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਵੱਲੋਂ ਇੱਕ ਹੋਟਲ ਵਿੱਚ ਛਾਪੇਮਾਰੀ ਕਰਕੇ ਸਪਾ ਸੈਂਟਰ ਦੀ ਆੜ ਵਿੱਚ ਚੱਲਦੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸੇ ਦੌਰਾਨ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ, ਜਿਸ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਦੋ ਕੁੜੀਆਂ, ਤਿੰਨ ਮੁੰਡੇ ਅਤੇ ਸਪਾ ਸੈਂਟਰ ਚਲਾਉਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਂਜੀ ਸਰ, ਕੀ ਮਾਮਲਾ ਜਿਹੜਾ ਬੀਤੀ ਰਾਤ? ਹਾਂਜੀ ਬ੍ਰਦਰ, ਇਹ ਕੱਲ੍ਹ ਆਪਣੇ ਨਵੇਂ ਸਾਲ ਦੇ ਸੰਬੰਧ 'ਚ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਡਿਊਟੀਆਂ ਲੱਗੀਆਂ ਸੀਗੀਆਂ ਸਾਡੀਆਂ, ਸਾਰੇ ਸ਼ਹਿਰ ਦੇ ਵਿੱਚ ਨਾਕੇ ਲੱਗੇ ਸੀਗੇ ਪ੍ਰੋਪਰ, ਅਤੇ ਮੇਰੀ ਪੈਟਰੋਲਿੰਗ ਡਿਊਟੀ ਸੀ ਅਤੇ ਨਾਲੇ ਨਾਕੇ ਚੈੱਕ ਕਰਨ ਦੀ। ਅਤੇ ਜਦੋਂ ਹੀ ਮੈਂ ਗਿਆ ਇੱਥੇ ਨਾਕੇ ਸਨ ਸਿਟੀ ਚੌਂਕ ਦੇ ਵਿੱਚ, ਅਤੇ ਉਦੋਂ ਸਾਨੂੰ ਮਤਲਬ ਇੱਕ ਸੀਕਰੇਟ ਇਨਫੋਰਮੇਸ਼ਨ ਮਿਲੀ ਦੌਰਾਨੇ ਚੈਕਿੰਗ, ਵਹੀਕਲ ਦੀ ਚੈਕਿੰਗ ਕਰ ਰਹੇ ਸੀ ਉਦੋਂ, ਅਤੇ ਉਹਨਾਂ ਨੇ ਇਹ ਇਨਫੋਰਮੇਸ਼ਨ ਮਿਲੀ ਮੈਨੂੰ ਕਿ ਜਿਹੜਾ ਇਹ ਤੁਹਾਡੇ ਬਟਾਲਾ ਰੋਡ ਦੇ ਉੱਤੇ ਇੱਕ ਹੋਟਲ ਆ ਰੰਧਾਵਾ ਹੋਟਲ ਜੀ, ਉਹਦੇ ਵਿੱਚ ਸਪਾ ਸੈਂਟਰ ਦੀ ਆੜ ਦੇ ਵਿੱਚ ਮਤਲਬ ਨਜਾਇਜ਼ ਦੇ ਵਪਾਰ ਦਾ ਧੰਦਾ ਚੱਲ ਰਿਹਾ। ਉਹਨੇ ਮਤਲਬ ਬੜਾ ਕੌਨਫੀਡੈਂਟ ਹੋ ਕੇ ਮਤਲਬ ਇਹ ਚੀਜ਼ ਕਹੀ ਵੀ ਸ਼ੋਰ ਹੈਗਾ ਜੇ ਹੁਣ ਇਹ ਰੇਡ ਕੀਤਾ ਜਾਵੇ ਤੇ ਮਤਲਬ ਮਿਲ ਸਕਦਾ ਆਪਾਂ। ਫਿਰ ਉਹਨਾਂ ਦੀ ਤਲਾਹ ਜਿਹੜੀ ਆ ਸੱਚੀ ਮੁਤਬਰ ਪਾ ਕੇ ਅਤੇ ਇੱਕ ਟੀਮ ਰੈਡੀ ਕੀਤੀ ਗਈ, ਉੱਥੋਂ ਹੀ ਨਾਕੇ ਤੋਂ ਹੀ ਫਿਰ ਅਸੀਂ ਉੱਥੇ ਰੰਧਾਵਾ ਹੋਟਲ ਹੈ ਜਿਹੜਾ ਬਟਾਲਾ ਰੋਡ 'ਤੇ, ਉੱਥੇ ਹੀ ਰੇਡ ਕੀਤਾ। ਅਤੇ ਰੇਡ ਦੇ ਦੌਰਾਨ ਦੇਖਿਆ ਵੀ ਜਿਹੜਾ ਹੋਟਲ ਦੇ ਸੱਜੇ ਹੱਥ ਸੈਕਿੰਡ ਫਲੋਰ ਦੇ ਉੱਤੇ ਸਪਾ ਸੈਂਟਰ ਚੱਲ ਰਿਹਾ ਸੀਗਾ, ਅਤੇ ਬਕਾਇਦਾ ਉਹਦੀ ਰਿਸੈਪਸ਼ਨ ਉਹਨਾਂ ਅਲੱਗ ਬਣੀ ਸੀ, ਪੋਰਸ਼ਨ ਵੀ ਵੱਖਰਾ ਬਣਾਇਆ ਸੀਗਾ, ਅਤੇ ਇਤਰਾਜ਼ਯੋਗ ਹਾਲਤ 'ਚ ਆਪਾਂ ਨੂੰ ਉੱਥੇ ਮਤਲਬ ਜੋੜੇ ਮਿਲੇ ਨੇ। ਕਿੰਨੇ ਕੁੜੀਆਂ, ਕਿੰਨੇ ਮੁੰਡੇ? ਇੱਥੇ ਜੀ ਆਪਾਂ ਨੂੰ ਦੋ ਕੁੜੀਆਂ ਸੀਗੀਆਂ ਅਤੇ ਤਿੰਨ ਲੜਕੇ ਸੀਗੇ, ਅਤੇ ਦੋ ਸਪਾ ਸੈਂਟਰ ਜਿਹੜਾ ਚਲਾਉਂਦੇ ਸੀਗੇ ਉਹ ਸੀਗੇ। ਅੱਛਾ ਸਰ, ਜਿਹੜੇ ਫੜੇ ਗਏ ਨੇ ਸਾਰੇ ਜਣੇ, ਤਾਂ ਇਹ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ? ਜਿਹੜੇ ਕੁੜੀਆਂ ਫੜੀਆਂ ਗਈਆਂ, ਮੁੰਡੇ ਫੜੇ ਗਏ ਨੇ, ਇਹਨਾਂ ਦੀ ਬੈਕਗ੍ਰਾਉਂਡ ਕੀ? ਹਾਂਜੀ, ਇਹ ਜਿਹੜੀਆਂ ਲੜਕੀਆਂ ਸੀਗੀਆਂ ਦੋਵੇਂ, ਇਹ ਪਹਿਲਾਂ ਤਾਂ ਇਹ ਵੀ ਇਹ ਲੋਕਲ ਨਹੀਂ ਸੀ ਹੈਗੀਆਂ, ਇਹ ਆਊਟ ਆਫ ਡਿਸਟ੍ਰਿਕਟ ਮਤਲਬ ਇੱਥੋਂ ਲਿਆਂਦੀਆਂ ਗਈਆਂ। ਅਤੇ ਜਿਹੜੇ ਲੜਕੇ ਆ ਦੋ, ਉਹ ਤਰਨ ਤਾਰਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ, ਇੱਕ ਲੜਕਾ ਇੱਥੇ ਅੰਮ੍ਰਿਤਸਰ ਦਾ ਹੈ। ਅੱਛਾ ਸਰ, ਇਹਨਾਂ ਦਾ ਕਈ ਵਾਰੀ ਸੋਸ਼ਲ ਮੀਡੀਆ 'ਤੇ ਵੀ ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਪਲੇਟਫਾਰਮ ਬਣਾਇਆ ਹੁੰਦਾ ਜਿਹਦੇ ਉੱਤੇ ਗ੍ਰਾਹਕ ਜਿਹੜੇ ਜਿਸ ਤਰੀਕੇ ਨਾਲ ਕੰਮ ਜਿਹੜਾ ਕਰਦੇ ਉਹਨਾਂ ਦੇ ਗ੍ਰਾਹਕ ਲੱਭੇ ਜਾਂਦੇ ਸੀ, ਤਾਂ ਇਸ ਤਰ੍ਹਾਂ ਦਾ ਕੋਈ ਇਹਨਾਂ ਦਾ ਪਲੇਟਫਾਰਮ ਬਣਿਆ ਹੋਇਆ ਸੋਸ਼ਲ ਮੀਡੀਆ? ਹਾਂਜੀ ਬਿਲਕੁਲ ਬ੍ਰਦਰ, ਇਹ ਧਿਆਨ 'ਚ ਆਈ ਗੱਲ, ਬਟ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ, ਆਪਾਂ ਅਗਾਂਹ ਇਹਨੂੰ ਪੂਰਾ ਢੰਗਾਈ ਨਾਲ ਜਾਂਚਾਂਗੇ ਵੀ ਇਹ ਇਸ ਤਰ੍ਹਾਂ ਦਾ ਕਿਹੜਾ ਰੈਕਟ ਚਲਾ ਰਿਹਾ। ਕਿੰਨੀ ਦੇਰ ਤੋਂ ਇਹ ਕਰ ਰਹੇ ਸੀ? ਮੇਰੀ ਤਾਂ ਜਿਹੜੇ ਕੱਲ੍ਹ ਹੀ ਨੌਲੇਜ 'ਚ ਇਹ ਆਇਆ ਜਦੋਂ ਸੀਕਰਟ ਇਨਫੋਰਮੇਸ਼ਨ ਮਿਲੀ ਆ, ਉਦਾਂ ਇਹ ਹੈਗਾ ਸੀ ਵੀ ਇਲਾਕੇ ਦੇ ਵਿੱਚ ਚੱਲ ਰਿਹਾ, ਮੈਨੂੰ ਅਜੇ ਥੋੜ੍ਹੇ ਦਿਨ ਹੋਏ ਇੱਥੇ ਆਏ। ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਪੂਰਾ ਹੋਣ ਤੋਂ ਬਾਅਦ ਹੀ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਖੁਲਾਸਾ ਹੋ ਸਕਦਾ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।